ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਤੇ ਅੱਗੇ ਵਧਾਂਗੇ, ਗੱਲ ਕਰਾਂਗੇ ਮ੍ਰਿਤਕ ਜਗਮੇਰ ਸਿੰਘ ਦੀ, ਜੋ ਕਿ ਲੰਬਾ ਸਮਾਂ ਤੋਂ ਇਹ ਮਸਲਾ ਜਿਹੜਾ ਉਲਝਦਾ ਨਜ਼ਰ ਆ ਰਿਹਾ ਸੀ, ਪਰ ਹੁਣ ਸੁਲਝਦਾ ਨਜ਼ਰ ਆਇਆ ਕਿਉਂਕਿ ਸਮਝੌਤਾ ਹੋ ਚੁੱਕਿਆ ਤੇ ਅੱਜ ਹੋਏਗਾ ਮ੍ਰਿਤਕ ਜਗਮੇਰ ਦਾ ਪੋਸਟਮਾਰਟਮ। ਮ੍ਰਿਤਕ ਜਗਮੇਰ ਦਾ ਪੋਸਟਮਾਰਟਮ ਅੱਜ ਹੋਏਗਾ, ਪਰਿਵਾਰ PGI ਚੋਂ ਲੈ ਕੇ ਜਾਏਗਾ ਲਾਸ਼। ਲੰਬੇ ਸਮੇਂ ਤੋਂ, ਕਰੀਬ 3-4 ਦਿਨਾਂ ਤੋਂ ਪਰਿਵਾਰ PGI ਦੇ ਵਿੱਚ ਬੈਠਾ ਸੀ ਤੇ ਕੱਲ੍ਹ ਸਰਕਾਰ ਤੇ ਪਰਿਵਾਰ ਦੇ ਵਿਚਾਲੇ ਸਮਝੌਤਾ ਹੋ ਗਿਆ। ਸਮਝੌਤਾ ਹੋਣ ਤੋਂ ਬਾਅਦ ਇਹ ਮਸਲਾ ਹੱਲ ਹੋ ਚੁੱਕਿਆ, ਲਿਖਤੀ ਸਮਝੌਤਾ ਮੰਨਿਆ ਜਾ ਰਿਹਾ। ਲਿਖਤੀ ਸਮਝੌਤੇ ਤੋਂ ਬਾਅਦ ਇਹ ਪਰਿਵਾਰ ਜਿਹੜਾ ਮੰਨਿਆ, ਜਿਸ ਤੋਂ ਬਾਅਦ ਉਹਨਾਂ ਨੇ ਮੰਨਿਆ ਕਿ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਦਾ ਸੰਸਕਾਰ ਕਰਨਗੇ। ਸੋ 2 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਸੰਸਕਾਰ ਹੋਏਗਾ। ਜਗਮੇਰ ਸਿੰਘ, ਜਿਸਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਜਿਸਦਾ ਇਸ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਜੋ ਆ ਕੇ ਇਨਸਾਨੀਅਤ 'ਤੇ ਸਵਾਲ ਖੜ੍ਹੇ ਕਰਦਾ। 4 ਮੁਲਜ਼ਮ ਜੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਲਗਾਤਾਰ ਧਰਨੇ 'ਤੇ ਬੈਠਾ ਸੀ। ਲਹਿਰਾ ਗਾਗਾ ਦੇ ਵਿੱਚ ਰੋਡ ਜਾਮ ਕੀਤਾ ਗਿਆ, ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਪਰਿਵਾਰ ਬੈਠਾ ਸੀ। ਹੁਣ ਤਾਂ ਸਮਝੌਤਾ ਹੋ ਚੁੱਕਿਆ, ਲਿਖਤੀ ਸਮਝੌਤਾ ਹੋ ਚੁੱਕਿਆ। ਇਸ ਬਾਬਤ ਸਾਡੇ ਨਾਲ ਪੱਤਰਕਾਰ ਮੌਜੂਦ ਨੇ, ਤਾਂ ਕਿ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦੇਈਏ। ਵਿੱਕੀ ਭੁੱਲਰ ਲਹਿਰਾ ਗਾਗਾ ਤੋਂ ਸਾਡੇ ਨਾਲ ਮੌਜੂਦ ਨੇ ਤੇ ਦੂਸਰੇ ਪਾਸੇ ਅੰਕੁਸ਼ ਕੋਹਲੀ ਚੰਡੀਗੜ੍ਹ ਤੋਂ PGI ਤੋਂ ਸਾਡੇ ਨਾਲ ਮੌਜੂਦ ਨੇ। ਜੀ ਵਿੱਕੀ, ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹਾਂਗੀ। ਅੱਜ ਜਿਹੜਾ ਸੰਸਕਾਰ ਕੀਤਾ ਜਾਏਗਾ ਉਸ ਨੂੰ ਲੈ ਕੇ ਕਿੰਨਾ ਕੁ ਸਮਾਂ, 2 ਵਜੇ ਦੇ ਕਰੀਬ ਦਾ ਸਮਾਂ ਦੱਸ ਰਹੇ ਸੀਗੇ, ਫਿਲਹਾਲ ਦੀ ਸਥਿਤੀ ਪਿੰਡ ਦੇ ਵਿੱਚ ਕੀ ਬਣੀ ਹੋਈ ਹੈ? ਬਿਲਕੁਲ ਗੱਜੋ, ਤੋਂ ਗੱਲ ਕੀਤੀ ਜਾਵੇ ਕਿ ਜਿਹੜਾ 10 ਵਜੇ PGI ਦੇ ਵਿੱਚ ਜਿਹੜਾ ਉਸ ਜਗਮੇਲ ਸਿੰਘ ਦਾ ਪੋਸਟਮਾਰਟਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਹੁਣੀ ਸਾਡੀ PGI ਦੇ ਵਿੱਚ ਜਿਹੜੀ ਉਹ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚੇ, ਉਹਨਾਂ ਨਾਲ ਗੱਲਬਾਤ ਹੋਈ ਸੀ। ਦੋ ਮਿੰਟ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਪੋਸਟਮਾਰਟਮ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਕਰੀਬ 2 ਤੋਂ ਲੈ ਕੇ 3 ਵਜੇ ਦੇ ਵਿਚਕਾਰ ਜਿਹੜਾ ਉਹਨਾਂ ਦੇ ਪਿੰਡ ਵਿਖੇ ਚੰਗਾਲੀ ਵਾਲਾ ਵਿਖੇ ਜਿਹੜਾ ਉਹਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਅਤੇ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਨੇ, ਸੁਰੱਖਿਆ ਦੇ ਪ੍ਰਬੰਧ ਨੇ, ਉਹ ਪੂਰੇ ਕਰ ਲਿੱਤੇ ਗਏ ਨੇ, ਜਿਹੜੇ ਤਿਆਰੀਆਂ ਪੂਰੀਆਂ ਨੇ। ਵੈਸੇ ਜਿਹੜੀ ਕਿਉਂਕਿ ਸਮਝੌਤਾ ਹੋ ਚੁੱਕਿਆ ਹੈਗਾ ਪਰਿਵਾਰ ਦੇ ਨਾਲ, ਪਰਿਵਾਰ ਸਹਿਮਤੀ ਦਿਲਾ ਚੁੱਕਿਆ ਅਤੇ ਜਿਹੜੀਆਂ ਪਾਰਟੀਆਂ ਸੀ, ਸੰਗਠਨ ਸੀ, ਉਹ ਵੀ ਸਹਿਮਤ ਹੋ ਚੁੱਕੇ ਨੇ, ਪਰ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੈਗੀ। ਫਿਲਹਾਲ ਪਿੰਡ ਦੇ ਵਿੱਚ ਜਗਮੇਲ ਦੀ ਜਿਹੜੀ ਅੰਤਿਮ ਦੇਹ ਆ ਉਸਨੂੰ ਉਡੀਕ ਹੋ ਰਹੀ ਹੈ ਕਿ ਕਦੋਂ ਦੇ ਆਉਂਦੇ ਤੇ। ਅੰਕੁਸ਼ ਸਾਡੇ ਨਾਲ ਦੂਸਰੇ ਪਾਸੇ ਮੌਜੂਦ ਹੈ। ਅੰਕੁਸ਼, ਤੁਹਾਡੇ ਕੋਲ ਆਉਣਾ ਚਾਹਾਂਗੇ ਕਿ ਕੁਝ ਇੱਥੇ ਦੀ ਸਥਿਤੀ ਬਣੀ ਹੋਈ ਹੈ। ਪੋਸਟਮਾਰਟਮ ਦਾ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ, ਪੋਸਟਮਾਰਟਮ ਸ਼ੁਰੂ ਹੋ ਚੁੱਕਿਆ, ਜਾਣਕਾਰੀ ਸਾਹਮਣੇ ਆਈ, ਜਾਣਕਾਰੀ ਠੀਕ ਹੈ ਤੇ ਕੀ ਕੁਝ ਹੋਰ ਤੁਹਾਡੇ ਕੋਲ ਜਾਣਕਾਰੀ? ਜੀ ਬਿਲਕੁਲ, ਜਦੋਂ ਅਸੀਂ ਦੱਸਦੀ ਅਸੀਂ ਉਸੀ ਬਿਲਡਿੰਗ ਦੇ ਬਾਹਰ ਅੱਜ ਇਸ ਵੇਲੇ ਮੌਜੂਦ ਹੈਗੇ ਹਾਂ, ਜਿਹੜੀ ਇੱਥੇ ਪੋਸਟਮਾਰਟਮ ਹੋਵੇਗਾ ਜਗਮੇਲ ਦਾ। ਔਰ ਇਸ ਵੇਲੇ ਦੱਸੀ ਜਿਹੜੀ ਸਾਨੂੰ ਅੰਦਰ ਤੋਂ ਜਾਣਕਾਰੀ ਮਿਲੀ ਹੈ, 9 ਵਜੇ ਦਾ ਟਾਈਮ ਦਿੱਤਾ ਗਿਆ ਸੀ ਪੋਸਟਮਾਰਟਮ ਦਾ ਜ਼ਰੂਰ, ਲੇਕਿਨ ਹਜੇ ਜਿਹੜਾ ਜਗਮੇਲ ਦਾ ਪੋਸਟਮਾਰਟਮ ਹੈ ਉਹ ਸ਼ੁਰੂ ਨਹੀਂ ਹੋਇਆ ਹੈ। ਕੁਛ ਹੀ ਦੇਰ 'ਚ ਡਾਕਟਰ ਇੱਥੇ ਪੁੱਜ ਜਾਣਗੇ, 15 ਤੋਂ 20 ਮਿੰਟ 'ਚ, ਉਸ ਤੋਂ ਬਾਅਦ ਪੋਸਟਮਾਰਟਮ ਸਟਾਰਟ ਹੋ ਜਾਵੇਗਾ ਅਤੇ ਕੁਛ ਹੀ ਸਮਾਂ ਹੋਰ ਲੱਗੇਗਾ ਪੋਸਟਮਾਰਟਮ ਸਟਾਰਟ ਹੋਣ ਤੋਂ, ਤਕਰੀਬਨ 20 ਮਿੰਟ ਹੋਰ ਲੱਗਣਗੇ ਜਦ ਪਰਿਵਾਰ ਨੂੰ ਇਸ ਜਦ ਸੌਂਪ ਦਿੱਤੀ ਜਾਵੇਗੀ ਬੋੜੀ। ਔਰ ਗੱਲ ਕੀਤੀ ਜਾਵੇ, ਬਹੁਤ ਜ਼ਿਆਦਾ ਮਸਲਾ ਜਿਹੜਾ ਭਖਿਆ ਹੋਇਆ ਸੀ ਕਾਫੀ ਟਾਈਮ ਤੋਂ, ਹਾਲਾਂ ਆਂਸ਼ਿਕ ਵਿਰਾਮ ਹਲੇ ਕਹਿ ਸਕਦੇ ਹਾਂ ਜਿਹੜਾ ਲੱਗਿਆ ਹੈ। ਕੱਲ੍ਹ ਜਿਹੜਾ ਸਮਝੌਤਾ ਹੋਇਆ ਪ੍ਰਸ਼ਾਸਨ ਦੇ ਵਿੱਚ ਔਰ ਫੈਮਿਲੀ ਦੇ ਵਿੱਚ ਲਿਖਿਤ ਰੂਪ 'ਤੇ, ਅਤੇ ਉਸ ਤੋਂ ਬਾਅਦ ਅੱਜ ਜਿਵੇਂ ਪੋਸਟਮਾਰਟਮ ਦਾ ਅਸੀਂ ਫਿਰ ਇੱਕ ਵਾਰ ਜਾਣਕਾਰੀ ਦੇ ਦਈਏ ਦਰਸ਼ਕਾਂ ਨੂੰ ਕਿ ਹਜੇ ਸ਼ੁਰੂ ਨਹੀਂ ਹੋਇਆ ਹੈ ਪੋਸਟਮਾਰਟਮ, ਕੁਛ ਦੇਰ ਹੋਰ ਲੱਗੇਗੀ ਡਾਕਟਰਾਂ ਨੂੰ ਆਉਣ ਨੂੰ। ਤਿਆਰੀਆਂ ਅੰਦਰ ਵੈਸੇ ਮੁਕੰਮਲ ਕਰ ਲਈਆਂ ਗਈਆਂ ਨੇ, ਜਿਵੇਂ ਡਾਕਟਰ ਦੀ ਟੀਮ ਅੰਦਰ ਪੁੱਜੇਗੀ ਪੋਸਟਮਾਰਟਮ ਸਟਾਰਟ ਹੋ ਜਾਵੇਗਾ। ਉਸ ਤੋਂ ਬਾਅਦ 20 ਮਿੰਟ ਹੀ ਹੋਰ ਲੱਗਣਗੇ ਅੱਗੇ ਜਦ ਪੋਸਟਮਾਰਟਮ ਨੂੰ, ਔਰ ਉਸ ਤੋਂ ਬਾਅਦ ਫੈਮਿਲੀ ਨੂੰ ਸੌਂਪ ਦਿੱਤਾ ਜਾਵੇਗਾ। ਫੈਮਿਲੀ PGI ਵੇਲੇ ਇਸ ਵੇਲੇ ਪੁੱਜਣੀ ਵਾਲੀ ਹੈ ਔਰ ਥੋੜ੍ਹੀ ਦੇਰ 'ਚ ਹੀ ਪੋਸਟਮਾਰਟਮ ਸ਼ੁਰੂ ਹੋ ਜਾਏਗਾ। ਜੀ ਫੈਮਿਲੀ ਜਿਹੜੀ ਹੈ ਉਹ ਫਿਲਹਾਲ ਕਿੱਥੇ ਹੈ, ਕਿਉਂਕਿ ਉਹ PGI ਦੇ ਵਿੱਚ ਪਹੁੰਚ ਰਹੇ ਨੇ? ਅੰਕੁਸ਼, ਜਾਣਨਾ ਚਾਹਾਂਗੇ ਤੁਹਾਡੇ ਤੋਂ। ਜੀ ਬਿਲਕੁਲ, ਜੋ ਦੱਸੀ ਇਸ ਵੇਲੇ ਅਸੀਂ ਜਿਹੜੀ ਬਿਲਡਿੰਗ ਹੈਗੀ ਹੈ ਪੋਸਟਮਾਰਟਮ ਵਾਲੀ ਬਿਲਡਿੰਗ ਦੇ ਕੋਲ ਹੈ, ਅਤੇ ਜਿਹੜੀ ਫੈਮਿਲੀ ਹੈਗੀ ਹੈ ਉਹ ਇੱਥੇ ਇਸ ਵੇਲੇ ਨਹੀਂ ਖੜ੍ਹੀ ਹੋਈ ਹੈ। ਕਿਤੇ ਨਾ ਕਿਤੇ ਅਸੀਂ ਸਮਝ ਵੀ ਸਕਦੇ ਹਾਂ ਉਹਨਾਂ ਦੀ ਜਿਹੜੀ ਇਸ ਵੇਲੇ ਉਹਨਾਂ ਦੇ ਮਨ ਦੀ ਜਿਹੜੇ ਹਾਲਾਤ ਹੋਣਗੇ, ਇਸ ਕਰਕੇ ਉਹ ਜਿਹੜਾ PGI ਦਾ ਐਂਟਰੈਂਸ ਅਤੇ ਬਿਲਕੁਲ ਪਾਰਕ ਹੈਗਾ, ਉਹਨਾਂ ਨਾਲ ਵੀ ਅਸੀਂ ਉਸ ਵੇਲੇ ਜਾ ਕੇ ਗੱਲਬਾਤ ਕਰਨ ਦੀ ਕੁਛ ਦੇਰ ਬਾਅਦ ਕੋਸ਼ਿਸ਼ ਕਰਾਂਗੇ। ਹਾਲੇ ਪੋਸਟਮਾਰਟਮ ਵਾਲੀ ਬਿਲਡਿੰਗ ਕੋਲ ਨਹੀਂ ਆ ਰਹੇ ਹਾਂ, ਕਿਉਂਕਿ ਅਸੀਂ ਉਹਨਾਂ ਦੇ ਹਾਲਾਤ ਸਮਝ ਸਕਦੇ ਹਾਂ। ਠੀਕ ਹੈ, ਥੋੜ੍ਹੀ ਦੇਰ ਦੇ ਵਿੱਚ ਪੋਸਟਮਾਰਟਮ ਸ਼ੁਰੂ ਹੋਏਗਾ। ਠੀਕ ਹੈ ਅੰਕੁਸ਼, ਆਉਣੇ ਤੁਹਾਡੇ ਕੋਲ। ਵਿੱਕੀ ਸਾਡੇ ਨਾਲ ਲਗਾਤਾਰ ਮੌਜੂਦ ਨੇ। ਵਿੱਕੀ, ਗੱਲ ਕੀਤੀ ਜਾਏ ਤਾਂ ਇੱਥੇ ਹੁਣ ਕੋਈ ਜਾਣਕਾਰੀ ਤੁਹਾਡੇ ਕੋਲ, ਅਪਡੇਟ ਕਿ ਕੌਣ ਕੌਣ ਇੱਥੇ ਪਹੁੰਚ ਰਿਹਾ? ਰਜਿੰਦਰ ਕੌਰ ਪੱਠਲ ਦੀ ਗੱਲ ਕਰ ਰਹੇ ਹੋ ਤੁਸੀਂ, ਉਹ ਪਹੁੰਚ ਰਹੇ ਨੇ 2 ਵਜੇ ਦੇ ਕਰੀਬ ਦਾ ਸਮਾਂ ਰੱਖਿਆ ਗਿਆ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਤਾਂ ਹੈ ਹੀ ਹੈ, ਅਤੇ ਇਸ ਤੋਂ ਇਲਾਵਾ ਹੋਰ ਕੀ ਕੁਛ ਤੁਹਾਡੇ ਕੋਲ ਅਪਡੇਟ ਜਾਂ ਜਾਣਕਾਰੀ ਹੈ?
ਬਿਲਕੁਲ ਗੁਰਜੋਤ, ਕਿਉਂਕਿ ਘਟਨਾ ਹੀ ਐਡੀ ਨਿੰਦਣੀ ਸੀ, ਐਡੀ ਤਸੱਦਦ ਢਾਹ ਗਿਆ ਸੀ, ਤਾਂ ਕਿਤੇ ਨਾ ਕਿਤੇ ਉਸ ਨੂੰ ਲੈ ਕੇ ਪੂਰੇ ਪਿੰਡ ਦੇ ਵਿੱਚ ਜਿਹੜਾ ਸੋਗ ਦਾ ਮਾਹੌਲ, ਇਲਾਕੇ ਦੇ ਵਿੱਚ ਹੀ, ਪਿੰਡ ਨਹੀਂ ਕਹਿ ਸਕਦੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਇਸ ਤਰ੍ਹਾਂ ਦਾ, ਕਿਉਂਕਿ ਪਹਿਲੀ ਘਟਨਾ ਸੀ ਜਿਹੜੀ ਕਿ ਐਡੀ ਦਰਿੰਦਗੀ ਦੇ ਨਾਲ ਉਸ ਜੀ ਹਾਂਜੀ ਜੀ ਵਿੱਕੀ ਤੁਸੀਂ ਗੱਲ ਪੂਰੀ ਕਰ ਸਕਦੇ ਹੋ ਆਪਣੀ। ਗੁਰਜੋਤ, ਪਹਿਲੀ ਘਟਨਾ ਸੀ ਕਿਉਂਕਿ ਐਡਾ ਤਸੱਦਦ ਢਾਹਿਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜੀ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈਗੀ, ਤਾਂ ਕਿਤੇ ਨਾ ਕਿਤੇ ਜਿਹੜੀਆਂ ਅੱਜ ਜਿਹੜਾ ਅੰਤਿਮ ਸੰਸਕਾਰ ਦੀਆਂ ਗੱਲਾਂ ਜਿਵੇਂ ਆਪਾਂ ਪਹਿਲਾਂ ਕਰ ਰਹੇ ਸੀ, ਅੰਤਿਮ ਸੰਸਕਾਰ ਦੇ ਵਿੱਚ ਕਈ ਤਰ੍ਹਾਂ ਦੇ ਰਾਜਨੀਤਿਕ ਲੋਕ ਵੀ ਜਿਹੜੇ ਉਹ ਪਹੁੰਚਣ ਦੀ ਸੰਭਾਵਨਾ ਹੈਗੀ ਆ। ਫਿਲਹਾਲ ਜਦੋਂ ਪਹੁੰਚਣਗੇ ਉਦੋਂ ਹੀ ਇਹ ਦੇਖਿਆ ਜਾਏਗਾ ਕਿ ਕੌਣ ਕੌਣ ਆਉਣਗੇ, ਕਿਉਂਕਿ ਲੇਕਿਨ ਜਿੰਨੀਆਂ ਸੰਘਰਸ਼ ਦਿਲਾਊ ਜਿਹੜੇ ਜਥੇਬੰਦੀਆਂ ਸੀ, ਜਿਨ੍ਹਾਂ ਨੇ ਪੂਰਾ ਸੰਘਰਸ਼ ਵਿੱਢਿਆ ਸੀ, ਜਿਹੜਾ ਨੇ ਇਨਸਾਫ ਦਿਲਾਉਣ ਦੇ ਲਈ ਉਹ ਜਗ੍ਹਾ ਦੇ ਉੱਪਰ ਮੌਜੂਦ ਰਹੇ ਸੀ, ਦੋ ਦਿਨ ਰਾਤ ਜਿਹੜਾ ਧਰਨਾ ਉਹ ਚੱਲਿਆ ਸੀ, ਉਹ ਲੋਕ ਖਾਸ ਤੌਰ 'ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਉਸ ਪਿੰਡ ਦੇ ਵਿੱਚ ਹੁਣ ਤੋਂ ਥੋੜ੍ਹੀ ਦੇਰ ਬਾਅਦ ਜਿਹੜੇ ਪਹੁੰਚਣ ਵਾਲੇ ਨੇ, ਕਿਉਂਕਿ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਨੇ ਉਹ ਉਸਦੇ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਇਨਸਾਫ ਦਿਲਾਇਆ ਸੀ, ਇਨਸਾਫ ਮੰਗ ਕਰ ਰਹੇ ਸੀ, ਉਹ ਵੀ ਪਹੁੰਚਣਗੇ। ਕਿਉਂਕਿ ਅਗਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਮਾਂ ਦਾ ਜਿਹੜਾ ਦਰਦਾ ਅਸੀਂ ਕੱਲ੍ਹ ਵੀ ਤੁਹਾਨੂੰ ਦਰਸ਼ਕਾਂ ਨੂੰ ਦਿਖਾਇਆ ਸੀ, ਕਿਉਂਕਿ ਮਾਂ ਬੇਹੱਦ ਜਿਹੜੇ ਕਿ ਦੁੱਖ ਦੇ ਵਿੱਚੋਂ ਨਿਕਲ ਰਹੀ ਹੈ, ਥੋੜ੍ਹੀ ਬਿਮਾਰ ਚੱਲ ਰਹੀ ਹੈ, ਇਸ ਲਈ ਉਸਨੂੰ ਘਰ ਦੇ ਵਿੱਚ ਹੀ ਰੱਖਿਆ ਗਿਆ ਅਤੇ ਛੋਟੇ ਬੱਚੇ ਨੇ ਅਤੇ ਉਸਦੇ ਜਿਹੜੇ ਭਰਾ ਨੇ ਉਹ ਇਹ ਨੇ, ਬਾਕੀ ਜਿਹੜੀ ਉਹਦੀ ਭੈਣ ਅਤੇ ਕਹਿ ਸਕਦੇ ਹਾਂ ਕਿ ਉਹਦੀ ਪਤਨੀ ਆ ਜੀ। ਠੀਕ ਹੈ ਆਉਂਦੇ ਹਾਂ ਵਿੱਕੀ ਤੁਹਾਡੇ ਕੋਲ, ਸਾਡੇ ਨਾਲ ਮੌਜੂਦ ਰਹੋ, ਤੁਸੀਂ ਜਾਣਕਾਰੀ ਤੁਹਾਡੇ ਤੋਂ ਵੀ ਲਵਾਂਗੇ। ਅੰਕੁਸ਼ ਵੀ ਸਾਡੇ ਨਾਲ ਨਾਲੋ ਨਾਲ ਮੌਜੂਦ ਨੇ। ਅੰਕੁਸ਼, ਤੁਹਾਡੇ ਕੋਲ ਆਉਣਾ ਚਾਹਾਂਗੇ, ਕੀ ਕੁਝ ਕਹੋਗੇ? ਫਿਲਹਾਲ ਦੀ ਗੱਲ ਕਰੀਏ ਤਾਂ ਪੋਸਟਮਾਰਟਮ ਕੁਝ ਦੇਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ। ਜੀ ਬਿਲਕੁਲ ਗੁਰਜੋਤ, ਇਸ ਵੇਲੇ ਨਾ ਜਿਹੜੇ ਕਮੇਟੀ ਮੈਂਬਰ ਹੈ ਜਿਹੜੇ ਹਰ ਵੇਲੇ ਨਾਲ ਬਣੇ ਰਹੇ ਪਰਿਵਾਰ ਦੇ, ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਕਿ ਸਤੀਸ਼ ਜੀ ਸਾਡੇ ਨਾਲ ਮੌਜੂਦ ਹੈ। ਸਤੀਸ਼ ਜੀ, ਗੱਲ ਕੀਤੀ ਜਾਵੇ ਤਾਂ ਪੋਸਟਮਾਰਟਮ ਕੁਛ ਹੀ ਦੇਰ ਸ਼ੁਰੂ ਹੋ ਜਾਏਗਾ, ਉਸ ਤੋਂ ਬਾਅਦ ਬੋਡੀ ਸੌਂਪ ਦਿੱਤੀ ਜਾਏਗੀ। ਕੱਲ੍ਹ ਅਗਰ ਗੱਲ ਕੀਤੀ ਜਾਵੇ ਜਿਹੜਾ ਲਿਖਿਤ ਰੂਪ 'ਚ ਹੋਇਆ ਸਮਝੌਤਾ ਪਰਿਵਾਰ 'ਚ, ਉਹ ਹੋ ਗਿਆ, ਲੇਕਿਨ ਅਸਲੀ ਜਿਹੜਾ ਹੈਗਾ ਨਿਆਂ ਉਹ ਕਦ ਮਿਲੇਗਾ ਫਿਰ? ਅਸੀਂ ਇਹਨਾਂ ਨੂੰ ਨਿਆਂ ਦਿਵਾਉਣ ਦੇ ਵਾਸਤੇ ਇਹਨਾਂ ਦੇ ਬੱਚੇ ਵੱਡੇ ਹੋਣ ਤੱਕ ਵੀ ਇਹਨਾਂ ਦੇ ਨਾਲ ਜੁੜੇ ਰਹਾਂਗੇ। ਸਾਡੀਆਂ 50 ਦੇ ਕਰੀਬ ਸੰਸਥਾਵਾਂ ਪੰਜਾਬ ਦੀਆਂ ਜੁੜੀਆਂ ਹੋਈਆਂ ਨੇ। ਇਸ ਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਪੰਜਾਬ ਸਰਕਾਰ ਨੇ ਪੱਕਾ ਕੰਮ ਕੀਤਾ ਹੈ। ਕੋਈ ਵੀ ਸਰਕਾਰ ਇਸ ਤਰ੍ਹਾਂ ਦਾ ਨਹੀਂ ਕੋਈ ਲੋਲੀਪੋਪ ਦਿੰਦੀ, ਉਹਨਾਂ ਨੇ ਆਪਣੀ ਵੀ ਸਾਖ ਬਚਾਉਣੀ ਹੁੰਦੀ ਹੈ। ਅੱਜ ਸਾਨੂੰ ਸਰਕਾਰੀ ਤੌਰ 'ਤੇ ਚਾਹੇ ਗੈਰ ਸਰਕਾਰੀ ਲਗਾ ਲਓ, ਸਾਨੂੰ ਮਦਦ ਕੀਤੀ ਹੈ ਇਹਨਾਂ ਨੇ। ਗੱਡੀਆਂ ਵੀ ਇੱਥੇ ਆਪ ਮੁਹੱਈਆ ਕਰਾਈਆਂ ਨੇ, ਜੋ ਪੰਜਾਬ ਪੁਲਿਸ ਦੇ ਇੱਥੇ ਆਏ ਹੋਏ ਨੇ, ਚਾਹੇ ਉਹਨਾਂ ਨੇ ਜੇਬ 'ਚੋਂ ਕਰਾਈਆਂ, ਚਾਹੇ ਸਾਨੂੰ ਕਿਵੇਂ ਵੀ। ਗੱਲ ਕੀਤੀ ਜਾਵੇ ਹੁਣ ਬੋਡੀ ਜਦ ਆਏਗੀ ਜਗਮੇਲ ਦੀ, ਤਾਂ ਕਿਹੜੇ ਕਿਹੜੇ ਫੈਮਿਲੀ ਮੈਂਬਰ ਅੱਜ ਮੌਜੂਦ ਹੈਗੇ ਨੇ? ਅੱਜ ਦੇਖੋ ਜੀ, ਜਗਰੂਪ ਮੌਜੂਦ ਹੈ, ਹਾਂ ਉਹਨਾਂ ਦੀ ਭੈਣ ਮੌਜੂਦ ਹੈ, ਅਤੇ ਉਹ ਲੜਕੀ ਮੌਜੂਦ ਹੈ ਜਗਮੇਲ ਦੇ ਘਰ ਵਾਲੀ। ਇਹ ਤਿੰਨੇ ਨੇ, ਅਤੇ ਦੋ ਤਿੰਨ ਬੰਦੇ ਅਸੀਂ ਹੋਰ ਹਾਂ, 6-7 ਬੰਦੇ ਹਾਂ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ। ਅੱਜ ਸੰਸਥਾਵਾਂ ਸਾਡੀਆਂ ਉੱਥੇ ਤਿਆਰੀ ਕਰ ਰਹੀਆਂ ਹਨ, ਜਿੱਥੇ ਜਾਣਾ ਹੈ ਮੁੰਡੇ ਨੇ ਚਾਂਗਲੀ ਪਿੰਡ, ਅਤੇ ਉਹਦੇ ਲਈ ਵੀ ਸਾਨੂੰ ਬਹੁਤ ਮਦਦ ਮਿਲ ਰਹੀ ਹੈ। ਜਿਹੜੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਇਹ ਘਟਨਾ ਹੈਗੀ ਹੈ, ਜਿਹੜੇ ਅਪਰਾਧੀ ਹੈਗੇ ਨੇ, ਆਰੋਪੀ ਹੈਗੇ ਨੇ, ਉਹਨਾਂ ਨੂੰ ਕੀ ਇੱਥੇ ਸਜ਼ਾ ਮਿਲਣੀ ਚਾਹੀਦੀ ਹੈ? ਦੇਖੋ ਜੀ, ਆਰੋਪੀਆਂ ਨੂੰ ਸਜ਼ਾ ਬਹੁਤ ਜਲਦ ਮਿਲੂਗੀ, ਕਿਉਂਕਿ 7 ਦਿਨ ਅੱਜ ਤੱਕ ਮੀਟਿੰਗ 'ਚ ਮਤਾ ਪਾਸ ਹੋਇਆ ਸੀ ਕਿ ਸਾਡਾ ਚਲਾਨ ਪੇਸ਼ ਹੋਇਆ। ਭਗਵੰਤ ਮਾਨ ਜੀ ਨੇ ਵੀ ਸਾਡੀ ਬਹੁਤ ਮਦਦ ਕੀਤੀ ਹੈ, ਸੰਸਦ 'ਚ ਮੁੱਦਾ ਉੱਠਿਆ ਪਿਆ, ਇਸ ਨੂੰ ਅਸੀਂ ਕੋਈ ਦੋ ਰਾਇਆਂ ਨਹੀਂ ਕਹਿ ਸਕਦੇ ਕਿ ਇਨਸਾਫ਼ ਨਹੀਂ ਮਿਲੇਗਾ, ਕਿਉਂਕਿ ਇਨਸਾਫ਼ ਮਿਲਦਾ ਹੈ ਲਾਮਬੰਦ ਹੋਣ ਦੇ ਨਾਲ। ਸਾਡੀਆਂ ਸੰਸਥਾਵਾਂ, ਸਾਡੇ ਪੰਜਾਬੀ ਲਾਮਬੰਦ ਹੋਏ ਤਾਂ ਅੱਜ ਅਸੀਂ ਇਹ ਜੰਗ ਜਿੱਤ ਲਈ ਹੈ। ਅਸੀਂ ਮੀਡੀਆ ਨੂੰ ਵੀ ਮੁਬਾਰਕ ਦੇਣੇ ਚਾਹੁੰਦੇ ਹਾਂ, ਤੁਹਾਡੀ ਚੈਨਲ ਨੂੰ ਵੀ ਮੁਬਾਰਕ ਦੇਣਾ ਚਾਹੁੰਦੇ ਹਾਂ ਕਿ ਜੇ ਪੰਜਾਬੀ ਇਸ ਤਰ੍ਹਾਂ ਦੇ ਨਾਲ ਡਟ ਕੇ ਮੁਕਾਬਲਾ ਕਰਨਗੇ, ਜਬਰ ਜਿਨਾਹ ਦਾ ਮੁਕਾਬਲਾ ਕਰਨਗੇ, ਤਾਂ ਅਸੀਂ ਹਰੇਕ ਜੰਗ ਜਿੱਤਾਂਗੇ ਅਤੇ ਸਾਡੇ ਪੰਜਾਬ ਦੇ ਵਿੱਚ ਬਾਹਰਲੇ ਦੇਸ਼ਾਂ ਵਾਂਗ ਸੁਧਾਰ ਵੀ ਹੋਵੇਗਾ। ਗੁਰਜੋਤ, ਅਸੀਂ ਪਲ ਪਲ ਦੀ ਅਪਡੇਟ ਜ਼ਰੂਰ ਪਹੁੰਚਾਉਂਦੇ ਰਹਾਂਗੇ। ਹਾਲੇ ਦੱਸ ਦਈਏ, ਹਜੇ ਜਿਹੜਾ ਹੈਗਾ ਪੋਸਟਮਾਰਟਮ ਸ਼ੁਰੂ ਨਹੀਂ ਹੋਇਆ, ਹਾਲਾਂਕਿ ਤਿਆਰੀਆਂ ਪੋਸਟਮਾਰਟਮ ਦੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਜਿਵੇਂ ਹੀ ਪੋਸਟਮਾਰਟਮ ਸ਼ੁਰੂ ਹੋਏਗਾ ਔਰ ਬੋਡੀ ਲੈ ਕੇ ਆਈ ਜਾਵੇਗੀ ਜਗਮੇਲ ਦੀ, ਉਸ ਨਾਲ ਦੇ ਨਾਲ ਅਸੀਂ ਦਰਸ਼ਕਾਂ ਨੂੰ ਅਪਡੇਟ ਦੇਵਾਂਗੇ। ਅੰਕੁਸ਼, ਇਹ ਵੀ ਜਾਣਨਾ ਚਾਹਾਂਗੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਜਿਸ ਤਰ੍ਹਾਂ ਇਹ ਗੱਡੀਆਂ ਦੀ ਗੱਲ ਕਰ ਰਹੇ ਸੀਗੇ, ਕਿਉਂਕਿ ਪਰਿਵਾਰਕ ਮੈਂਬਰ ਵੀ ਨੇ ਨਾਲ, ਮ੍ਰਿਤਕ ਦੇ ਤਾਂ ਜਾਏਗੀ ਉਹ ਸ਼ਾਇਦ ਐਂਬੂਲੈਂਸ ਦੇ ਵਿੱਚ ਜਾਏਗੀ ਪੋਸਟਮਾਰਟਮ ਤੋਂ ਬਾਅਦ। ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕੀ ਕੁਝ ਪ੍ਰਸ਼ਾਸਨ ਨੇ ਇਸ ਪਰਿਵਾਰ ਦੇ ਲਈ ਇੱਥੇ ਕੀਤਾ ਹੋਇਆ ਪੀਜੀਆਈ ਦੇ ਵਿੱਚ? ਜੀ ਬਿਲਕੁਲ, ਜਦ ਪੋਸਟਮਾਰਟਮ ਖਤਮ ਹੋ ਜਾਵੇਗਾ, ਉਸ ਤੋਂ ਬਾਅਦ ਜਦ ਬੋਡੀ ਦਿੱਤੀ ਜਾਵੇਗੀ, ਉਸ ਲਈ ਬਕਾਇਦਾ ਜਿਹੜੇ ਪ੍ਰਸ਼ਾਸਨ ਨੇ ਐਂਬੂਲੈਂਸ ਮੁਹੱਈਆ ਕਰਵਾਈ ਹੈ, ਜਿਹੜੀ ਜਿਸ ਐਂਬੂਲੈਂਸ 'ਚ ਜਗਮੇਲ ਨੂੰ ਸੰਗਰੂਰ ਉਸਦੇ ਪਿੰਡ ਲੈ ਕੇ ਜਾਇਆ ਜਾਵੇਗਾ, ਜਿੱਥੇ ਅੱਜ ਸੰਸਕਾਰ ਹੋਣਾ ਹੈਗਾ, ਅਤੇ ਹੋਰ ਵੀ ਸਾਰੀਆਂ ਤਿਆਰੀਆਂ ਇੱਥੇ ਮੁਕੰਮਲ ਕੀਤੀਆਂ ਗਈਆਂ ਨੇ ਔਰ ਪੁਲਿਸ ਪ੍ਰਸ਼ਾਸਨ ਵੀ ਔਰ PGI 'ਚ ਅੱਜ ਮੌਜੂਦ ਹੈਗਾ, ਤਾਂ ਕਿ ਕੋਈ ਸਥਿਤੀ ਕਿਸੇ ਤਰ੍ਹਾਂ ਦੀ ਖਰਾਬ ਨਾ ਹੋਵੇ। ਇਸ ਤੋਂ ਇਲਾਵਾ ਜਿਵੇਂ ਅਸੀਂ ਪਰਿਵਾਰ ਦਾ ਦੱਸਿਆ, ਪਰਿਵਾਰ ਹਜੇ ਵੀ PGI ਦੇ ਮੇਨ ਗੇਟ ਕੋਲ ਖੜਿਆ ਹੈ, ਕਿਉਂਕਿ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਹੈ ਕਿ ਉਹ ਪੋਸਟਮਾਰਟਮ ਦੀ ਬਿਲਡਿੰਗ ਕੋਲ ਆ ਸਕਣ, ਹਾਲਾਂਕਿ ਜਿਸ ਵੇਲੇ ਬੋਡੀ ਰਿਸੀਵ ਕਰਨੀ ਪਏਗੀ ਉਸ ਵੇਲੇ ਤਾਂ ਪਰਿਵਾਰ 'ਚੋਂ ਕਿਸੇ ਨੂੰ ਆਉਣਾ ਹੀ ਪਵੇਗਾ। ਠੀਕ ਹੈ, ਬਿਲਕੁਲ ਅੰਕੁਸ਼।
समझौते की गल कर रहे सन, उन्होंने एन जी ओ मैंबर सन, उन्होंने कहना है कि आखिरले साह तक नाल रहेंगे परिवार के आरोपियों की गल की जाए, मुलजमान तो होर की कुछ कढ़वा सकी है पुलिस। हालांकि उन्होंने हथियार तो बरामद कर ले गए, क्योंकि अगर पुछ की गल हो तो उन्होंने मना कर दिया कि असं बन के किसी को नहीं कुटिया, अजय इतराजी असी नहीं की है। उस लैके किस तरह मामला जरा अगे चलता वेखते हो तुम? बिल्कुल गुरजोत, जिमें कि जोड़े साढ़े सहयोगी अंकुश दस रहे थे कि जिमें कि जो जथेबंदियों गलबात कर रहे थे, यही जी जथेबंधियां जड़िया उरे उन्होंने पिंड प्रोटेस्ट कर रही थी, उन्होंने साफ तौर पर कहना है कि ठीक है भावें मंगा मान ली गई ने लिखती रूप के मिल गया, पर जोड़ा संघर्ष है वह हजे खत्म नहीं होया, क्योंकि उन्होंने मुरजमान जिन्होंने इन्नी दरिंदगी अत्याचार किया तसद ढाया से उन्होंने सख्त सजा दिलाने तक जिहड़ा एक कमेटियां ने जिहड़ा संघर्ष है वह लड़िया जाएगा, परिवार के नाल खड़िया जाएगा, क्योंकि भावें सरकार ने कह दिता कि 7 दिनों के चलान पेश करके उस तो बाद फास्ट ट्रैक कोर्ट के जिहड़ा कि मामला चलाया जाएगा, पर कितना कितने उसके लिए पैरवाई भी इन जथेबंदियों का कहना है कि सानू करनी पेगी, क्योंकि इन्ना सौखा नहीं है कि इन्ना सौखा जिहड़ा इंसाफ दिलाया जा सके जां उन लोगों को सजा हो सके, क्योंकि कितना कितने पंजाब सरकार के उपर जिहड़ा प्रेशर बन रहा है, लोगों का दबाव बन रहा है, उस तो लैके पुलिस जिहड़े महकमे के उपर जिहड़े वड्डे अधिकारी ने उन्होंने संदेश सख्त जिहड़े आदेश दे दिए गए ने कि किसी भी तरह की इस मामले के कोताही ना वरती जाए, क्योंकि अगर गुरजोत इहदे विच कोई कोताही वरती जाती है जां कितना कितने ढिल वरती जाती है तो जिहड़ा संघर्ष है वह इन्हां जथेबंदियों वल्लों बिड़न की दुबारे भी तैयारी चेतावनी भी दे दी गई है कि कितना कितने अगर तुसीं ढिल वरतोगे तो जिहड़ी जथेबंदियां ने उह खड़ियां नाल परिवार दे नाल खड़नगियां ते सरकार के खिलाफ प्रदर्शन किया जाएगा, क्योंकि हुण इह वी वड्डी देखणी गल होगी कि जिहड़ी प्रशासन अधिकारियों वल्लों जिहड़े कि कल जिवें कि मुख्यमंत्री वल्लों जिहड़े लैटर जारी किया गया सी, प्रेस कॉन्फ्रेंस भी की गई थी, बीबी वरिंदर कौर भट्ठा नाल साडी गलबात हुई थी, अगर उन्होंने डॉक्टरों के उपर जिन्होंने लापरवाही वरती है जां जिहड़े कुछ पुलिस मुलाजमान वल्लों जिहड़े ओह जथेबंदियां इल्जाम लगा रही सी कि उन्होंने कानूनी कार्रवाई करने में देरी की है, उन्होंने खिलाफ किस तरह की कार्रवाई बनती है यह हम जांच तो बाद पता चलेगा, क्योंकि ए डी जी पी के जिहड़े अधिकारी ने वो इस चीज़ को जिहड़े अपने इस मामले को पूरा अपने हत्थां विच लैणगे ते अपनी देखरेख दे विच इह मामला होएगा ते आने वाले दिनों दे विच देखा जाएगा किस तरह का मामला है यह बनता नजर आता है। गुरजोत ठीक है, ठीक है पुल्लर, बहुत बहुत शुक्रिया तुहाडा जानकारी देने के लिए। अंकुश तुसीं भी साडे नाल मौजूद सन, जानकारी साझी करन दे लई बहुत बहुत धन्नवाद तुहाडा भी। सो दोवें पत्रकार ग्राउंड जीरो तो साढ़े तक रिपोर्ट पहुँचा रहे हैं, सो साड़ी कोशिश कि हर एक ग्राउंड तो कि कुछ कह रही ने सरकार की कुछ कह रहे हैं परिवारों के नाल खड़िया जथेबंदियां, सो पल पल की अपडेट तौर तक पहुँचा रहा है लिविंग इंडिया। सो कोशिश हैगी है जिस तरीके दे नाल समझौता होया उस तो बाद की कुछ अमल दे विच लियांदी जाएगी कार्रवाई भी तौर तक पहुँचावेंगे, तो फिलहाल कि मंगा ते सहमति बनी वह भी तुसीं वेख सकते हो सहमति बनी है, वड्डा सवाल है परिवार को नियमों के अनुसार 20 लाख रुपए मुआवजा दिता जाएगा, 6 लाख रुपए की रकम पोस्टमार्टम के समय यानी कि हूँ थोड़ी देर दे 14 लाख रुपए की राशि भोग वाले दिन दी जाएगी, पीड़ित परिवार लिए घट्टो घट 6 महीने के राशन का प्रबंध पंजाब सरकार के वालों किया जाएगा, जगमेल के 3 बच्चों लिए BA तक की पढ़ाई का मुकम्मल खर्च पंजाब सरकार चुकेगी, पीड़ित की पत्नी मनजीत कौर को घर के नेड़े दर्जा 4 की सरकारी नौकरी अदा की जाएगी, पुलिस विभाग अगले 7 दिनों के सब कार्रवाई जी मुकम्मल करेगा, 3 महीने के अंदर अंदर दोषियों बंद की सजा दवाने हर संभव कोशिश की जाएगी, लापरवाही बरतन वाले पुलिस कर्मचारियों के खिलाफ ADGP लेवल के अधिकारी वालों जांच होगी। परिवार को नियमों के अनुसार 20 लाख रुपए मुआवजा दिता जाएगा, सो सारिया शर्तां ते सहमति बन चुकी है, अग्रवाल लिवर ते गट सुपर स्पेशलिटी हॉस्पिटल JP नगर जलंधर, इत्थे हर तरह की पेट ते लिवर दीयां बीमारियां जिवें पीलिया, खून की उल्टी, पित्ते की पत्थरी अते पेट ते लिवर दे कैंसर दा इलाज विदेशी तकनीक नाल माहिर डॉक्टरां वल्लों तसल्ली बख्श कीता जांदा है, संपर्क करो 0181-502-0070।